ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਪ੍ਰੀਮੀਅਰ ਦੇਖਿਆ ਜੀ, ਔਰ ਇੰਨਾ ਆਨੰਦ ਆਇਆ ਕਿ ਇੰਨੀ ਵਧੀਆ ਇਕੱਲਾ ਇਕੱਲਾ ਡਾਇਲੋਗ ਜਦੋਂ ਤੁਸੀਂ ਸੁਣਦੇ ਹੋ ਤੁਹਾਡਾ ਐਂ ਲੱਗਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਬਦਲਾਅ ਆ ਰਿਹਾ, ਔਰ ਇੰਨਾ ਅੱਛਾ ਕਨਸੈਪਟ ਔਰ ਇੰਨੀ ਅੱਛੀ ਕਾਸਟ, ਸਟਾਰ ਕਾਸਟ ਹੈ ਜਿੰਨੀ ਵੀ, ਔਰ ਕਿਹੜਾ ਬੰਦਾ ਜਿਹੜੇ ਜਿਹਦੇ ਬੋਲਾਂ ਤੇ ਜਿਹਦੇ ਡਾਇਲੋਗ ਤੇ ਤਾੜੀਆਂ ਨਹੀਂ ਪਈਆਂ, ਕਿਹੜਾ ਉਹ ਆਰਟਿਸਟ ਹੈ ਜਿਹਦੀ ਪਰਫਾਰਮੈਂਸ ਨੇ ਰਵਾਇਆ ਨਹੀਂ, ਔਰ ਮੈਂ ਕਹਿੰਦਾ ਵੀ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ। ਮੈਂ ਪਹਿਲੀਆਂ ਦੋ ਅਰਦਾਸ ਫਿਲਮਾਂ ਵੀ ਦੇਖੀਆਂ ਨੇ, ਪਰ ਇਹ ਉਸ ਤੋਂ ਨੈਕਸਟ ਲੈਵਲ ਹੈ, ਇਹ ਹੋਰ ਵੀ ਜ਼ਿਆਦਾ ਵਧੀਆ, ਮੈਨੂੰ ਲੱਗਦਾ ਜਿਹੜੀ ਚੌਥੀ ਹੋਊ ਉਸ ਤੋਂ ਵੀ ਵਧੀਆ ਹੋਊਗੀ। ਔਰ ਗਿੱਪੀ ਬਾਈ ਤੇ ਸਾਰੀ ਟੀਮ ਵਧਾਈ ਦੇ ਪਾਤਰ ਨੇ ਜੀ, ਘੁੱਗੀ ਭਾਜੀ ਵਧਾਈ ਦੇ ਪਾਤਰ ਨੇ ਸਾਰੇ, ਕਮਲਜੀਤ ਹੋਣੀ, ਜੈਸਮੀਨ, ਓਲੀ ਐਂਡ ਸਾਡਾ ਜੱਗੀ, ਸਾਰੇ ਵਧਾਈ ਦੇ ਪਾਤਰ ਨੇ ਜੀ, ਸਾਡੇ ਨਿਰਮਲ ਰਿਸ਼ੀ ਜੀ, ਸਾਡੀਆਂ ਭੈਣਾਂ ਸਾਰੀਆਂ, ਮਿਹਰਬਾਨੀ, ਤੁਸੀਂ ਸਾਰੇ ਆਏ ਦੇਖਣ, ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਰ ਕੋਈ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਫਿਲਮ ਦੇਖਣ ਦੇ ਲਈ, ਕਿਉਂਕਿ ਫਿਲਮ ਬਹੁਤ ਕੁਝ ਸਿਖਾਉਂਦੀ ਹੈ, ਜਦੋਂ ਕੋਈ ਫਿਲਮ ਕੁਝ ਸਿੱਖਣ ਨੂੰ ਦੇਵੇ ਤਾਂ ਉਹ ਜ਼ਰੂਰ ਦੇਖਣੀ ਚਾਹੀਦੀ ਹੈ। ਮੇਰੇ ਵੱਲੋਂ ਸਾਰੀ ਸਟਾਰ ਕਾਸਟ ਨੂੰ ਮੁਬਾਰਕਾਂ, ਥੈਂਕ ਯੂ ਜੀ, ਮਿਹਰਬਾਨੀ। ਤੁਸੀਂ ਦੇਖੀ, ਤੁਸੀਂ ਦੇਖ ਲਈ ਫਿਲਮ ਸਾਰਿਆਂ ਦੇ ਜੀ, ਤੁਹਾਨੂੰ ਠੀਕ ਲੱਗੀ ਆ ਜੀ? ਇੱਧਰ ਵਾਲੇ ਨਹੀਂ ਬੋਲ ਰਹੇ, ਤੁਸੀਂ ਦੇਖ ਲਈ? ਗਿੱਪੀ ਵੀਰੇ, ਮੇਰੇ ਵੱਲੋਂ ਇੱਕ ਪਤਾ ਕੀ ਕੰਪਲੀਮੈਂਟ ਹੈ, ਇਹ ਇੱਕ ਸਿੰਪਲ ਫਿਲਮ ਨਹੀਂ, ਇਸ ਦਾ ਨੌਲੇਜ ਆਫ ਯੂਨੀਵਰਸਿਟੀ, ਔਰ ਇਹਦੇ ਵਾਈਸ ਚਾਂਸਲਰ ਨੇ ਸਰਦਾਰ ਗੁਰਪ੍ਰੀਤ ਸਿੰਘ, ਹਾਂਜੀ ਲੱਖੇ ਲੱਖੇ ਵੀਰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਫਿਲਮ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਦੇਖਣਾ। ਮੈਂ ਪਹਿਲਾਂ ਵਾਲੀਆਂ ਦੋ ਫਿਲਮਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਮੁੱਚੀ ਟੀਮ ਨੇ, ਉਹ ਨਹੀਂ ਦੇਖੀਆਂ ਅਰਦਾਸ ਦੇ ਉੱਤੇ, ਪਰ ਆਹ ਤੀਜੀ ਫਿਲਮ ਦੇਖੀ ਆ। ਜਿਸ ਤਰ੍ਹਾਂ ਸਾਡੇ ਪਰਿਵਾਰਕ ਰਿਸ਼ਤੇ ਟੁੱਟਦੇ ਜਾ ਰਹੇ ਨੇ, ਸਾਡਾ ਮੋਹ ਮੁਹੱਬਤ ਰਿਸ਼ਤਿਆਂ 'ਚੋਂ ਖਤਮ ਹੁੰਦਾ ਤੁਰਿਆ ਜਾ ਰਿਹਾ, ਦਿਲ ਨੂੰ ਟੁੰਬ ਕੇ ਰੱਖ ਦਿੰਦੀ ਹੈ ਇਹ ਫਿਲਮ ਵੀ, ਕਿਵੇਂ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਕੀ ਆ ਸਾਡੀ ਜ਼ਿੰਦਗੀ 'ਚ, ਉਹ ਦਿਖਾਇਆ ਗਿਆ। ਇਸ ਤੋਂ ਇਲਾਵਾ ਹੋਰ ਬਹੁਤ ਵਧੀਆ ਸੁਨੇਹੇ ਜਿਹੜੇ ਇਹਨਾਂ ਨੇ ਦਿੱਤੇ ਆ, ਬਾ ਕਮਾਲ ਨੇ ਸਮੁੱਚੀ ਟੀਮ, ਗਿੱਪੀ ਗਰੇਵਾਲ ਜੀ, ਬਾਈ ਘੁੱਗੀ ਜੀ ਜਾਂ ਹੋਰ ਜਿੰਨੇ ਵੀ ਕਲਾਕਾਰ ਨੇ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜਿਹੀਆਂ ਫਿਲਮਾਂ ਸੁਪਰ ਡੁਪਰ ਹਿੱਟ ਕਰਨੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੇ ਇਹਨਾਂ ਫਿਲਮਾਂ ਦੇ ਪ੍ਰੋਡਿਊਸਰ ਨੇ, ਡਾਇਰੈਕਟਰ ਨੇ, ਕਲਾਕਾਰ ਨੇ, ਉਹ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਹੋਰ ਵੀ ਬਹੁਤ ਵਧੀਆ ਫਿਲਮਾਂ ਜਿਹੜੀਆਂ ਉਹ ਬਣਾਉਣ, ਤਾਂ ਕਿ ਚੰਗੇ ਵਿਸ਼ਿਆਂ ਦੇ ਉੱਤੇ ਜੋ ਫਿਲਮਾਂ ਬਣਨਗੀਆਂ ਸਮਾਜ ਦੇ ਵਿੱਚ ਬਹੁਤ ਵਧੀਆ ਸੁਨੇਹਾ ਜਿਹੜਾ ਉਹ ਜਾਂਦਾ। ਸੋ ਇਸ ਲਈ ਸਾਨੂੰ ਇਹ ਫਿਲਮ, ਮੈਂ ਕਹਿੰਦਾ ਕੋਈ ਬੰਦਾ ਪੰਜਾਬੀ ਮਿਸ ਨਾ ਕਰੇ, ਹਰ ਬੰਦੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ। ਅਤੇ ਮੈਂ ਇਸ ਤੋਂ ਇਲਾਵਾ ਸਾਰੇ ਕਲਾਕਾਰ ਭਰਾਵਾਂ ਨੂੰ ਅਤੇ ਹੋਰ ਜਿੰਨੇ ਡਾਇਰੈਕਟਰ ਪ੍ਰੋਡਿਊਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਸਾਡੇ ਕੋਲ ਸਾਡੀ ਵਿਰਾਸਤ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਬਹੁਤ ਕਮਾਲ ਦੇ ਕਿਰਦਾਰ ਪਏ ਨੇ, ਉਹਨਾਂ ਕਿਰਦਾਰਾਂ 'ਤੇ, ਉਹਨਾਂ ਸੂਰਮਿਆਂ 'ਤੇ, ਉਹਨਾਂ ਯੋਧਿਆਂ 'ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕਿੰਨਾ ਕਮਾਲ ਦਾ ਔਰ ਕਿੰਨਾ ਲਾਭਸ਼ਾਲ ਹੈ।
ਸੋ ਇਸ ਤੋਂ ਇਲਾਵਾ ਮੈਂ ਇਹੀ ਅਪੀਲ ਕਰਦਾ ਬਈ ਇਹ ਫਿਲਮ ਦੇਖਣੀ ਤੁਸੀਂ ਨਾ ਭੁੱਲੋ ਜ਼ਰੂਰ, ਵੱਧ ਤੋਂ ਵੱਧ 13 ਤਰੀਕ ਨੂੰ ਇਹ ਫਿਲਮ ਸਿਨੇਮਾ ਘਰ ਲੱਗ ਰਹੀ ਆ। ਸੋ ਸਾਰੇ ਆਪਣੇ ਪਰਿਵਾਰਾਂ ਨੂੰ ਆਪਣੇ ਜਵਾਕਾਂ ਨੂੰ ਮੈਂ ਫਿਰ ਅਪੀਲ ਕਰਦਾ ਲਾਜ਼ਮੀ ਲੈ ਕੇ ਆਓ, ਜਿਹੜਾ ਪਿਓ ਪੁੱਤ ਦਾ ਰਿਸ਼ਤਾ ਪਿਓ ਧੀ ਦਾ ਰਿਸ਼ਤਾ ਉਹ ਸਾਰੇ ਰਿਸ਼ਤੇ ਇਹਨਾਂ ਨੇ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦਿਖਾਏ ਨੇ। ਸੋ ਸਾਰੀ ਟੀਮ ਦਾ ਧੰਨਵਾਦ ਹੈ, ਬਹੁਤ ਧੰਨਵਾਦ ਜੀ ਸਾਰੇ ਮੀਡੀਆ ਦਾ, ਤੁਹਾਡਾ ਇਹ ਪਿਆਰ ਤੁਹਾਡੀ ਇਹ ਜੋ ਸਾਡੇ ਲਈ ਇੱਕ ਇੰਨੀ ਖੂਬਸੂਰਤ ਘੜੀ ਸਾਨੂੰ ਬਖਸ਼ੀ ਹੈ। ਤੁਸੀਂ ਪਤਾ ਲੱਗ ਰਿਹਾ ਕਿ ਤੁਸੀਂ ਫਿਲਮ ਨੂੰ ਕਿੰਨਾ ਪਿਆਰ ਕੀਤਾ, ਕਿੰਨਾ ਪਿਆਰ ਦਿੱਤਾ। ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਸਾਡੀ ਜੌਬ ਅੱਜ ਤੱਕ ਹੁੰਦੀ ਹੈ ਜਦ ਤੱਕ ਅਸੀਂ ਤੁਹਾਨੂੰ ਦਿਖਾ ਨਹੀਂ ਦਿੰਦੇ, ਸਾਡੀ ਉਦੋਂ ਤੱਕ ਹਾਲਤ ਸਟੂਡੈਂਟ ਵਾਲੀ ਹੁੰਦੀ ਹੈ ਕਿ ਅਸੀਂ ਆਪਣਾ ਇਮਤਿਹਾਨ ਅੰਦਰ ਦੇਤਾ। ਆਡੀਅੰਸ ਦਾ ਤਾਂ ਮੈਂ ਧੰਨਵਾਦ ਕਰਦਾ ਹੀ ਹਾਂ, ਜਿਨ੍ਹਾਂ ਨੇ ਜੋ ਜੋ ਸਾਨੂੰ ਕਿਹਾ ਉਹਦੇ ਨਾਲ ਸਾਡਾ ਕੱਦ ਹੋਰ ਦੂਣਾ ਹੋਇਆ। ਪਰ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਜੇ ਫਿਲਮ ਚੰਗੀ ਲੱਗੀ ਹੈ ਮੈਂ ਨਾਲ ਜੇਲ ਆ ਰਿਹਾ, ਜੇ ਚੰਗੀ ਲੱਗੀ ਹੈ ਤਾਂ ਇਹਨੂੰ ਜ਼ਰੂਰ ਸਾਰਿਆਂ ਤੱਕ ਇਹ ਮੈਸੇਜ ਪਹੁੰਚਾਓ ਕਿ ਇਹ ਫਿਲਮ ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ, ਇਹ ਟੁੱਟਦੀ ਬਿਖਰਦੀ ਜਾਂਦੀ ਦੁਨੀਆ ਨੂੰ ਫਿਰ ਇੱਕ ਗਲੋਬ 'ਚ ਬੰਦ ਕਰਨ ਵਾਲੀ ਫਿਲਮ ਹੈ, ਇੱਕ ਦੂਜੇ ਤੋਂ ਬੇਮੁੱਖ ਹੋ ਕੇ ਤੁਰੇ ਜਾਂਦੇ ਰਿਸ਼ਤਿਆਂ ਨੂੰ ਵਾਪਸ ਖਿੱਚ ਕੇ ਲਿਆਉਣ ਵਾਲੀ ਫਿਲਮ ਹੈ, ਇਹ ਸਾਨੂੰ ਆਪਣੇ ਪੈਰਾਂ ਤੋਂ ਥਿੜਕਦੇ ਜਾਂਦਿਆਂ ਨੂੰ ਸਟੇਬਲ ਕਰਨ ਵਾਲੀ ਫਿਲਮ ਹੈ, ਇਹ ਸਾਨੂੰ ਆਪਣੇ ਮਰਦੇ ਜਾਂਦੇ ਅਖਲਾਕ ਨੂੰ ਦੁਬਾਰਾ ਜਿਉਂਦੇ ਕਰਨ ਵਾਲੀ ਫਿਲਮ ਹੈ। ਅਸੀਂ ਆਪਣਾ ਤਨ ਮਨ ਤੇ ਧਨ ਵੀ ਲਾਇਆ ਫਿਲਮ ਦੇ ਵਿੱਚ, ਹੁਣ ਇਸ ਤੋਂ ਬਾਅਦ ਤੁਸੀਂ ਆਪਣਾ ਆਸ਼ੀਰਵਾਦ ਪਿਆਰ ਦੇਣਾ। ਔਰ ਇੱਕ ਵਾਰੀ ਮੈਂ ਚਾਹਾਂਗਾ ਕਿ ਗਿੱਪੀ ਗਰੇਵਾਲ, ਹਾਲਾਂਕਿ ਮੀਡੀਆ ਨੂੰ ਸੰਬੋਧਨ ਕਰ ਰਹੇ, ਕੋਈ ਪਰਸਨਲ ਇਵੈਂਟ ਨਹੀਂ, ਪਰ ਮੇਰੀ ਸਾਡੀ ਪੂਰੀ ਟੀਮ ਹੈ ਸਾਰੀ, ਗਿੱਪੀ ਲਈ ਇੱਕ ਵਾਰੀ ਅਸੀਂ ਤਾਲੀਆਂ ਸਾਰੇ ਜ਼ਰੂਰ ਮਾਰੀਏ, ਕਿਉਂਕਿ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਸਿਰਫ ਨੰਬਰਾਂ ਦੀ ਗੇਮ ਹੈ ਕਿ ਕਿਹੜੀ ਫਿਲਮ 100 ਕਰ ਗਈ, ਕਿਹੜੀ 200 ਕਰ ਗਈ, ਕਿਹੜੀ 400, ਕਿੰਨੇ 1000 ਕਰੋੜ ਕੀਤਾ, ਉਹਦੇ ਵਿੱਚ ਇਹੋ ਜਿਹਾ ਕੰਟੈਂਟ ਲੈ ਕੇ ਆਉਣਾ ਜਿਹੜਾ ਪਰਿਵਾਰਾਂ ਨੂੰ ਦੁਬਾਰਾ ਜਿਉਂਦਿਆਂ ਕਰ ਸਕੇ, ਜਿਹੜੇ ਫੈਮਲੀਜ਼ ਨੂੰ ਆਪਣੀਆਂ ਵੈਲਿਊਜ਼ ਸਮਝਾ ਸਕੇ ਕਿ ਪਿਓ ਪੁੱਤ ਦੇ ਰਿਸ਼ਤੇ ਦੀ, ਪਿਓ ਧੀ ਦੇ, ਮਾਂ ਧੀ ਦੇ ਰਿਸ਼ਤੇ ਦੀ, ਗਲੀ ਗਵਾਂਢ ਦੀ, ਯਾਰੀ ਦੋਸਤੀ ਜੀ ਆਪਣੀ ਸਰ ਜ਼ਮੀਨ ਨਾਲ ਤੁਹਾਡੇ ਰਿਸ਼ਤੇ ਦੀ ਕੀ ਅਹਿਮੀਅਤ ਹੈ, ਇਹੋ ਜਿਹਾ ਕੰਟੈਂਟ ਬਣਾਉਣਾ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੈ। ਔਰ ਮੀਡੀਆ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਸਾਡਾ ਸਾਥ ਦਿੱਤਾ, ਅੱਗੋਂ ਵੀ ਦਿਓਗੇ, ਬਹੁਤ ਸ਼ੁਕਰੀਆ ਜੀ। ਇਹ ਉਦਾਂ ਹੀ ਹੈ ਜਿੱਦਾਂ ਇੱਕ ਕੌਮਿਕ ਇਮੇਜ ਦੇ ਵਿੱਚ ਮੈਂ ਫਿਕਸ ਹੋ ਗਿਆ ਸੀ, ਉਹਦੇ 'ਚ ਬਾਹਰ ਨਿਕਲਣਾ ਔਖਾ ਸੀ, ਫਿਰ ਇਹ ਪਾਤੇ ਕਰੈਕਟਰ ਰਹਿ ਜਾਣਾ ਸੀ, ਜੇ ਮੈਂ ਫਿਰ ਗੁਰਮੁਖ ਸਿੰਘ ਵਾਲੇ ਕਰੈਕਟਰ 'ਚ ਰਹਿ ਗਿਆ ਨਾ, ਫਿਰ ਹੋਰ ਬੜੇ ਕੰਮ ਕਰਨ ਵਾਲੇ ਉਹ ਰਹਿ ਜਾਣੇ ਆ ਜੀ। ਔਰ ਉਹ ਕਮਾਲ ਦੀ ਗੱਲ ਹੈ ਜਦੋਂ ਕਹਿੰਦੇ ਨਾ ਰੱਬ ਨਾਲ ਹੁੰਦਾ, ਅਸੀਂ ਪਹਿਲੀ ਫਿਲਮ ਬਣਾਈ ਸੀ ਜਦੋਂ ਅਰਦਾਸ, ਉਹਦੇ 'ਚ ਜਦੋਂ ਮੇਰੀ ਵਾਈਫ ਦੀ ਡੈਥ ਹੁੰਦੀ ਹੈ, ਉਹ ਵੀ ਸਿੰਗਲ ਟੇਕ 'ਚ ਹੀ ਕੀਤਾ ਸੀ, ਉਹਦਾ ਰੀਟੇਕ ਨਹੀਂ ਸੀ ਹੋਇਆ। ਔਰ ਇਹ ਹੌਸਪੀਟਲ ਵਾਲਾ ਸੀਨ ਵੀ ਲੱਗਣ ਨੂੰ 3 ਘੰਟੇ ਲੱਗ ਗਏ, ਜਦੋਂ ਸੀਨ ਲੱਗ ਗਿਆ ਅਸੀਂ 20 ਮਿੰਟ ਲਾਏ ਸੀ, ਮੇਰਾ 1 ਟੇਕ ਹੋਇਆ, ਭਾਜੀ ਕਹਿੰਦੇ ਤੁਸੀਂ ਫ੍ਰੀ ਤੁਸੀਂ ਜਾਓ, ਇਹ ਵੀ ਸਿੰਗਲ ਟੇਕ 'ਚ ਹੀ ਹੋਇਆ ਸੀ 20 ਮਿੰਟਾਂ 'ਚ ਸਾਰਾ ਕੰਮ, ਇਹ ਉਦੋਂ ਜਦੋਂ ਕੁਦਰਤ ਆਪ ਕਰਾਵੇ ਨਾਲ। ਦੀ ਕਸਮ ਉਹ ਕਿਸੇ ਵੀ ਤੀਰਥ ਯਾਤਰਾ ਨਾਲੋਂ ਘੱਟ ਨਹੀਂ ਸੀ, ਕਿਉਂਕਿ ਅਸੀਂ ਓਨੇ ਹੀ ਅਦਬ ਦੇ ਵਿੱਚ, ਓਨੇ ਜ਼ਾਬਤੇ 'ਚ ਰਹਿ ਕੇ ਉਹ ਯਾਤਰਾ ਕੀਤੀ।
ਤਹਿਜ਼ੀਬ ਦੇ ਦਾਇਰੇ ਚ ਰਹਿ ਕੇ, ਕਿਉਂਕਿ ਅੰਦਰ ਇੱਕ ਫੀਲ ਸੀ ਕਿ ਚੱਲੇ ਗੁਰੂ ਘਰ ਹੀ ਆ। ਭਾਵੇਂ ਸ਼ੂਟਿੰਗ ਕਰਦਿਆਂ ਕਰਦਿਆਂ ਸਾਨੂੰ ਰਸਤੇ 'ਚ 15 ਦਿਨ ਲੱਗਣੇ ਸੀ, ਪਰ ਅੰਦਰ ਦਿਮਾਗ 'ਚ ਸੀਗਾ ਕਿ ਚੱਲੇ ਬਾਬੇ ਦੇ ਘਰ। ਸਾਡੇ ਤੋਂ ਇਲਾਵਾ ਇੱਕ ਇੱਕ ਸਪੋਟ ਬੁਆਏ, ਇੱਕ ਇੱਕ ਗੱਡੀ ਦਾ ਡਰਾਈਵਰ, ਸਾਰੇ ਮੈਂ ਉਸੇ ਜ਼ਾਬਤੇ ਦੇ ਵਿੱਚ ਵੇਖੇ। ਕਿਸੇ ਨੂੰ ਕੋਈ ਇਹ ਨਹੀਂ ਕਿ ਕੋਈ ਪਰੇ ਜਾ ਕੇ ਸਿਗਰਟ ਪੀ ਰਿਹਾ, ਕੋਈ ਸ਼ਾਮ ਨੂੰ ਦਾਰੂ ਪੀ ਕੇ ਸੁੱਤਾ। ਉਹ ਅੰਦਰ ਸਾਰਿਆਂ ਦੇ ਇੱਕ ਪਾਕੀਜ਼ਗੀ ਸੀ ਕਿ ਅਸੀਂ ਗੁਰੂ ਘਰ ਚੱਲੇ ਹਾਂ, ਉਹ ਸਾਡੇ ਲਈ ਤੀਰਥ ਯਾਤਰਾ ਹੀ ਸੀ। ਧਰਮਸਾ ਰੋਣਾ ਰੋਕਿਆ ਤੁਸੀਂ ਫੇਰ ਵਾ ਦੇਣਾ। ਇਹ ਕਲਾਕਾਰ ਸਾਰੀ ਉਮਰ ਆਡੀਅੰਸ ਦਾ ਦੇਣਾ ਤਾਂ ਦੇ ਹੀ ਨਹੀਂ ਸਕਦਾ, ਪਰ ਉਸ ਕੁਦਰਤ ਦਾ ਵੀ ਅਸੀਂ ਦੇਣਾ ਨਹੀਂ ਦੇ ਸਕਦੇ ਕਿ ਉਹਨੇ ਸਾਡੇ ਤੋਂ ਇੱਦਾਂ ਦੇ ਕਿਰਦਾਰ ਵੀ ਕਰਾਏ। ਇਹਦੇ ਨਾਲ ਸਮਾਜ ਨੂੰ ਅਸੀਂ 1% 2% ਵੀ ਕੰਟਰੀਬਿਊਟ ਕਰ ਪਾਏ ਤੇ ਸਮਝਾਂਗੇ ਕਿ ਸਾਡਾ ਇਸ ਧਰਤੀ ਤੇ ਆਉਣਾ ਸਫਲ ਹੋ ਗਿਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ। ਮੈਨੂੰ ਜਦੋਂ ਅਸਲ ਚ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਮੈਨੂੰ ਜਦੋਂ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਕਿੱਥੇ ਆ ਜਾ, ਵੀ ਇੱਕ ਕਰੈਕਟਰ ਹੈ ਪੇਪਰ ਪਾਉਣ ਲੱਗਿਆ ਤੈਨੂੰ, ਮੈਨੂੰ ਜਦੋਂ ਸੁਣਾਇਆ ਮੈਂ ਕਿਹਾ ਬਾਈ ਪੇਪਰ ਔਖਾ ਜੀ, ਕਹਿੰਦੇ ਕਰ ਲੇਗਾ। ਬਸ ਉਹ ਪਤਾ ਹੀ ਨਹੀਂ ਕਿਵੇਂ ਹੋ ਗਿਆ, ਕੀ ਵਾਹਿਗੁਰੂ ਦੀ ਮਿਹਰ, ਇੱਧਰੋਂ ਸਾਰਿਆਂ ਦੀ ਇਮਾਨਦਾਰੀ, ਘੁੱਗੀ ਭਾਜੀ ਸੀਗੇ, ਬਾਈ ਸੀਗੇ, ਸਾਰੇ ਜਣੇ, ਸੋਈ ਸਾਹਿਬ, ਮਲਕੀਤ ਰਾਣੀ ਬਾਈ, ਜੈਸਮੀਨ, ਜੱਗੀ, ਭਾਨਾ ਬਾਈ, ਸਾਰੇ ਅਸੀਂ ਉੱਥੇ ਇੱਕ ਮਾਹੌਲ ਐਸਾ ਬਣਿਆ ਹੋਇਆ ਸੀ ਵੀ ਉਹ ਆਪੇ ਹੀ ਹੋ ਜਾਂਦਾ ਸੀ। ਪਰ ਉਹ ਕਰੈਕਟਰ ਜਿਹੜਾ ਸੀਗਾ ਉਹ ਵਾਕਈ ਤੁਹਾਨੂੰ ਲੱਗਿਆ ਵੀ ਮੈਂ ਪਹਿਲਾਂ ਝੂਠ ਬੋਲਦਾ ਸੀਗਾ ਵੀ ਭਾਈ ਇਹੋ ਜਿਹਾ ਦੁਬਾਰਾ ਨਹੀਂ ਹੋਣਾ ਮੇਰੇ ਤੋਂ ਤੇ ਇਹੋ ਜਿਹਾ ਦੁਬਾਰਾ ਕਦੇ ਨਹੀਂ ਹੋਣਾ। ਹੁਣ ਤੁਸੀਂ ਕਹੋਗੇ ਵੀ ਕਹਿ ਵੀਰੇ ਪੰਮਾ ਬੋਲਦਾ, ਨਹੀਂ ਨਾ ਹੁਣ ਤਾਂ ਸਾਧੂ ਬੋਲੋ। ਨਹੀਂ ਪੋਲਿਸ਼ ਤਾਂ ਇੱਧਰ ਹੀ ਹੁੰਦਾ ਹੁੰਦਾ, ਪਾਲਿਸ਼ ਵਾਲੀ ਡੱਬੀ ਤਾਂ ਇੱਧਰ ਦਫ਼ਤਰ ਚ ਪਈ ਆ, ਉਹ ਜਾਂਦਾ ਹੀ ਪਿਆ ਬੁਰਸ਼ ਵਜਾ ਕੋਕੇ ਰਿਪੋਰਟ ਹੋ ਜਾਂਦੀ ਆ। ਬਰੱਸ਼ੋ ਨੀ ਮਾਰ ਦਿੰਦੇ ਸੀ ਜਦੋਂ ਗੱਡੀ ਦਾ ਸ਼ੋ ਚਮਕਾਉਣੀ ਹੁੰਦੀ ਨਾ ਤੇ ਬਰੱਸ਼ੋ ਮਾਰਦੇ ਸੀ, ਬਰੱਸ਼ੋ ਵੱਜਦੀ ਆ ਸਾਡੇ। ਬਿਲਕੁਲ ਇੱਧਰ ਆ ਗਏ ਦੋ ਜਣੇ ਇਹਨਾਂ ਨੂੰ ਲਾਓ, ਚਲੋ ਜੀ ਮੈਂ ਪਹਿਲੀ ਅਰਦਾਸ ਤੋਂ ਇਸ ਅਰਦਾਸ ਤੱਕ ਗਿੱਪੀ ਗਰੇਵਾਲ ਸਾਹਿਬ ਦੇ ਫਾਦਰ ਦਾ ਰੋਲ ਕਰਦਾ ਰਿਹਾ। ਇਹਦੇ ਵਿੱਚ ਫਾਦਰ ਦਾ ਰੋਲ ਨਹੀਂ ਕੀਤਾ ਤੇ ਇਹ ਫਿਲਮ ਜਿਹੜਾ ਕੈਰੈਕਟਰ ਮੈਨੂੰ ਦਿੱਤਾ ਗਿਆ ਬਹੁਤ ਚੈਲੰਜਿੰਗ ਇਹੋ ਜਿਹੇ ਕਰੈਕਟਰ ਕਰਨੇ ਆਏ। ਮੈਂ ਬਹੁਤ ਕਿਸਮਤ ਵਾਲਾ ਕਿ ਪਹਿਲਾਂ ਤਾਂ ਇਸ ਫਿਲਮ ਦਾ ਮੈਂ ਇੱਕ ਹਿੱਸਾ ਬਣਿਆ, ਫਿਰ ਜਿਹੜਾ ਮੈਨੂੰ ਕਿਰਦਾਰ ਦਿੱਤਾ ਗਿਆ ਉਹ ਬਹੁਤ ਪੋਜ਼ਿਟਿਵ ਕਰੈਕਟਰ, ਇੱਕੋ ਹੀ ਕਰੈਕਟਰ ਸੀ ਜਿਹੜਾ ਐਂਡ ਤੱਕ ਹੱਸਦਾ ਹੀ ਰਹਿੰਦਾ, ਮੁੰਡੇ ਨਾਲ ਫੋਨ ਤੇ ਗੱਲ ਹੁੰਦੀ ਹੈ ਤਾਂ ਵੀ ਬਹੁਤ ਜਿਉਂਦਾ ਜਾਗਦਾ ਕਰੈਕਟਰ, ਪੰਜਾਬੀ ਸੁਭਾਅ ਵਾਲਾ। ਘਰੋਂ
ਘਰ ਵਾਲੀ ਨਾਲ ਜੋ ਸੀਨ ਜੋ ਲਿਖੇ ਗਏ ਉਹ ਨਿਭਾਉਣੇ ਬਹੁਤ ਔਖੇ ਸੀ, ਜਿਹੜੀ ਪਿੱਛੋਂ ਥੋੜਾ ਥੋੜਾ ਹਰ ਵੇਲੇ ਕੰਨ ਚ ਪੈਂਦਾ ਰਹਿੰਦਾ ਸੀਗੇ ਸੋਈ ਸਾਹਿਬ ਆਹ ਚਾਹੀਦਾ ਆਹ ਚਾਹੀਦਾ ਆਹ ਚਾਹੀਦਾ, ਨਿਭਾ ਸਕੇ ਵਾਹਿਗੁਰੂ ਦੀ ਕਿਰਪਾ, ਬਹੁਤ ਮੁਸ਼ਕਿਲ ਸੀ ਲੇਕਿਨ ਦਾਦੇ ਦੀ ਕਿਰਪਾ। ਜਦੋਂ ਫਿਲਮ ਸ਼ੁਰੂ ਹੋਈ ਬਾਬੇ ਦੀ ਅਰਦਾਸ ਕਰਕੇ ਇਹ ਕੰਮ ਫੜਿਆ ਸੀ, ਬਾਬੇ ਨੇ ਅਰਦਾਸ ਸੁਣੀ ਤੇ ਕੰਮ ਨੇਪਰੇ ਚੜਿਆ। ਅੱਜ ਚੰਡੀਗੜ੍ਹ ਦੀ ਸਾਰੀ ਪ੍ਰੈਸ ਖੜੀ ਹੈ ਤੇ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਤਿਉਹਾਰ ਹੈ। ਔਰ ਮੈਂ ਬੇਨਤੀ ਕਰੂੰਗਾ ਚੰਡੀਗੜ੍ਹ ਪ੍ਰੈਸ ਨੂੰ ਕਿ ਇਹ ਸਾਡਾ ਜਿਹੜਾ ਸੁਨੇਹਾ ਪੋਜ਼ਿਟਿਵ ਤਰੀਕੇ ਨਾਲ ਲੋਕਾਂ ਤੱਕ ਪਹੁੰਚਾ ਦਿਓ, ਜ਼ਰਾ ਇਹ ਇਹ ਬਣਦਾ ਬਣਦਾ ਪੋਜ਼ਿਟਿਵ ਗੱਲ ਕਰਕੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣਾ, ਤਾਂ ਕਿ ਐਡੀ ਖੂਬਸੂਰਤ ਫਿਲਮ ਜਿਹੜੀ ਤੁਹਾਨੂੰ ਜਿਉਣ ਦਾ ਸੰਦੇਸ਼ਾ ਦਿੰਦੀ ਹੈ ਵੀ ਇਸ ਤਰ੍ਹਾਂ ਜਿਉਣਾ ਹੈ। ਜਿਹੜੀ ਮਾਂ ਬਾਪ ਪੁੱਤਾਂ ਧੀਆਂ ਦੇ ਵਿੱਚ ਫਰਕ ਆਏ ਨੇ, ਬਹੁਤ ਮਾੜਾ ਹਾਲ ਹੈ, ਉਸ ਮਾੜੇ ਹਾਲ ਨੂੰ ਭੈੜੇ ਹਾਲ ਨੂੰ ਸੁਧਾਰਨ ਲਈ ਇਹ ਫਿਲਮ ਬਣਾਈ ਹੈ ਡੀਪੀ ਜੀ ਨੇ। ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਕਮਾਲ ਦਾ ਸਬਜੈਕਟ ਹੈ, ਬਾਬਾ ਜੀ ਖੜੇ ਨੇ, ਬਾਬਾ ਜੀ ਨੇ ਫਿਲਮ ਦੇਖੀ, ਫਿਲਮ ਦੀ ਤਾਰੀਫ ਕੀਤੀ ਬਾਬਾ ਜੀ ਨੇ, ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਜਦੋਂ ਫਿਲਮ ਦੇ ਵਿੱਚ ਅਰਦਾਸ ਬਾਬਾ ਜੀ ਹੋਰਾਂ ਕੀਤੀ ਆ, ਬਹੁਤ ਭਿੱਜ ਕੇ ਅਰਦਾਸ ਕੀਤੀ ਆ, ਤੇ ਜਿਹੜੀ ਇਹ ਮੂਵੀ ਬਣੀ ਆ ਜਿਵੇਂ ਉਹ ਬੋਲਨੇ ਕਿ ਚਿੜੀ ਕੂਕ ਦੀ ਅੰਮ੍ਰਿਤ ਵੇਲੇ ਆਪ ਪੜ੍ਹਾਉਣਾ ਏ, ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਪਾਠ ਪੜ੍ਹਾਉਣਾ ਏ, ਕਦਮ ਪੁੱਟਾਂ ਤਾਂ ਆਏ ਆਵਾਜ਼ਾਂ, ਸੱਚ ਵੱਲ ਪੈਰ ਧਰੀ ਅਰਦਾਸ ਕਰਾਂ ਗੁਰਪੁਰੇ ਅੱਗੇ ਸਭ ਦਾ ਭਲਾ ਕਰੇ। ਜਦੋਂ ਇਸ ਮੂਵੀ ਦੇ ਵਿੱਚ ਗ੍ਰੰਥੀ ਸਿੰਘ ਸਾਹਿਬਾਨ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਅਰਦਾਸ ਕਿਹਦੀ ਕਰਵਾਉਣੀ ਆ, ਆਪਾਂ ਰੋਜ਼ ਗੁਰੂ ਘਰਾਂ 'ਚ ਜਾਂਦੇ ਹਾਂ, ਆਪਣੇ ਪਰਿਵਾਰਾਂ ਲਈ ਅਰਦਾਸਾਂ ਕਰਵਾਉਂਦੇ ਹਾਂ, ਸਾਨੂੰ ਆਹ ਚਾਹੀਦਾ ਉਹ ਚਾਹੀਦਾ, ਪਰ ਅਸਲ 'ਚ ਅਰਦਾਸ ਦੇ ਚਾਰ ਅੱਖਰ ਨੇ ਐੜਾ ਰਾਰਾ ਦੱਦਾ ਤੇ ਸੱਸਾ। ਗੁਰਪ੍ਰੀਤ ਘੁੱਗੀ ਜੀ ਬਹੁਤ ਵਿਦਵਾਨ ਨੇ ਤੇ ਕਲਗੀਧਰ ਦਸ਼ਮੇਸ਼ ਪਿਤਾ ਨੇ ਬੇਅੰਤ ਕਿਰਪਾ ਕਰਕੇ ਨਦਰ ਕਰਕੇ, ਕਿਉਂਕਿ ਉਹਨਾਂ ਦੀ ਨਦਰ ਤੋਂ ਬਿਨਾਂ ਕੋਈ ਵੀ ਕਾਰਜ ਸਿਰੇ ਨਹੀਂ ਚੜ ਸਕਦਾ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਮਹਾਰਾਜ ਨੇ ਨਦਰ ਕੀਤੀ ਭਾਈ ਗਿੱਪੀ ਗਰੇਵਾਲ ਤੇ, ਇੰਨੀ ਇਮੋਸ਼ਨਲ ਤੇ ਹਾਰਟ ਟਚਿੰਗ ਮੂਵੀ ਬਣਾਈ ਵੀ ਇਦਾਂ ਦੇ ਸੀਨ ਜਦੋਂ ਆਏ ਜੋ ਸਮਾਜਿਕ ਰਿਸ਼ਤਿਆਂ ਦੇ ਵਿੱਚ ਅੱਜ ਦਰਾੜਾਂ ਪੈ ਰਹੀਆਂ, ਜੋ ਗਿਰਾਵਟਾਂ ਆ ਰਹੀਆਂ, ਉਹਨਾਂ ਰਿਸ਼ਤਿਆਂ ਨੂੰ ਇਹ ਜੋੜਨ ਦਾ ਕੰਮ ਕਰੂਗੀ। ਗ੍ਰੰਥੀ ਸਿੰਘ ਜੀ ਪੁੱਛਦੇ ਆ ਕਾਹਦੀ ਅਰਦਾਸ ਕਰਵਾਉਣੀ ਆ, ਤੇ ਬਾਈ ਗੁਰਪ੍ਰੀਤ ਘੁੱਗੀ ਜੀ ਉੱਥੇ ਬੋਲਦੇ ਆ ਅਰਦਾਸ ਸਰਬੱਤ ਦੇ ਬਣੇ ਦੀ। ਇਹ ਬਹੁਤ ਵੱਡਾ ਸੰਦੇਸ਼ ਜੋ ਗੁਰੂ ਨਾਨਕ ਦੇ ਦਰ ਦਾ ਸੰਦੇਸ਼ ਆ ਜੋ ਇਸ ਮੂਵੀ ਦੇ ਵਿੱਚ ਦਿੱਤਾ ਗਿਆ, ਕਿਉਂਕਿ ਆਪਾਂ ਰੋਜ਼ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਤੇ ਜਦੋਂ ਇਹ ਅਰਦਾਸ ਬਾਬਾ ਗੁਲਾਬ ਸਿੰਘ ਹੋਰਾਂ ਮੂਵੀ ਦੇ ਵਿੱਚ ਕੀਤੀ ਬਹੁਤ ਇਮੋਸ਼ਨਲ ਹੋਏ, ਤੇ ਜਦੋਂ ਉਹ ਦੋ ਤਿੰਨ ਸੀਨ ਏਦਾਂ ਦੇ ਜਦੋਂ ਕਹਿੰਦੇ ਆ ਵੀ ਅਸੀਂ ਬੱਚੇ ਦੀ ਦਾਤ ਲੈਣ ਵਾਸਤੇ ਆਏ ਸੀ, ਪਰ ਮਹਾਰਾਜ ਕਿਰਪਾ ਕਰੀ ਬੱਚਾ ਚਾਹੇ ਕੁੜੀ ਹੋਵੇ ਤੇ ਚਾਹੇ ਮੁੰਡਾ ਹੋਵੇ ਪਰ ਸੁੱਖਾ ਉਹ ਚੜ੍ਹਦੀ ਕਲਾ 'ਚ ਹੋਵੇ ਤੇ ਤੰਦਰੁਸਤ ਹੋਵੇ। ਤੇ ਦੂਜੀ ਗੱਲ ਜਦੋਂ ਭੈਣ ਨੇ ਕਹੀ ਵੀ ਸਾਡੇ ਘਰ ਬੱਚਾ ਨਹੀਂ ਪੈਦਾ ਹੋ ਸਕਦਾ, ਤੇ ਬਾਈ ਗਿੱਪੀ ਗਰੇਵਾਲ ਨੇ ਉੱਥੇ ਡਾਇਲੋਗ ਬੋਲਿਆ ਵੀ ਉਹ ਵੀ ਅਨਾਥ ਬੱਚੇ ਨੇ ਜਿਹਨੂੰ ਪਾਲਣ ਵਾਲਾ ਵੀ ਕੋਈ ਚਾਹੀਦਾ, ਤੇ ਉੱਥੇ ਅੱਖਾਂ ਨਮ ਹੋ ਗਈਆਂ। ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਪਰਿਵਾਰਾਂ ਸਮੇਤ ਇਸ ਮੂਵੀ ਨੂੰ ਜ਼ਰੂਰ ਦੇਖਣ ਆਇਓ, ਤੇ ਮੈਨੂੰ ਉਮੀਦ ਆ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਇਹ ਮੂਵੀ ਇੱਕ ਨਵਾਂ ਮੀਲ ਪੱਥਰ ਗੱਡ ਕੇ ਜਾਊਗੀ। ਬੋਲੇ ਸੋ ਨਿਹਾਲ, ਬਹੁਤ ਚੜ੍ਹਦੀ ਕਲਾ ਵਾਲੀਆਂ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਬਾਈ ਗੁਰਦੇਵ ਸਿੰਘ ਜੀ, ਮੈਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਕਿਉਂਕਿ ਜੇ ਅੱਜ ਭਗਤ ਪੂਰਨ ਸਿੰਘ ਨੂੰ ਵੇਖਣਾ ਤੇ ਬਾਈ ਗੁਰਦੇਵ ਸਿੰਘ ਹੋਰਾਂ ਵਿੱਚੋਂ ਵੇਖਿਆ ਜਾ ਸਕਦਾ। ਐਸੀਆਂ ਸ਼ਖਸੀਅਤਾਂ ਇਸ ਮੂਵੀ ਦੇ ਵਿੱਚ ਪਹੁੰਚੀਆਂ
ਤੇ ਜਿੰਨੇ ਵੀ ਕਰੈਕਟਰ ਨੇ ਸਾਰਿਆਂ ਨੇ ਬਹੁਤ ਬਖੂਬੀ ਢੰਗ ਦੇ ਨਾਲ ਰੋਲ ਨਿਭਾਇਆ ਤੇ ਸਾਰਿਆਂ ਦਾ ਜੋ ਰੋਲ ਰਿਹਾ ਉਹ ਬਹੁਤ ਚੜ੍ਹਦੀ ਕਲਾ 'ਚ ਤੇ ਅਰਦਾਸ ਦੀ ਮੈਂ ਗੱਲ ਕਰ ਰਿਹਾ ਸੀ ਵੀ ਚਾਰ ਅੱਖਰ ਨੇ ਐਲਾ ਰਾਰਾ ਦੱਦਾ ਤੇ ਸੱਸਾ ਤੇ ਸਾਨੂੰ ਇਸ ਗੱਲ ਦੀ ਸਮਝ ਵੀ ਹੋਣੀ ਚਾਹੀਦੀ ਆ ਵੀ ਐੜੇ ਦਾ ਮਤਲਬ ਅੰਤਰਜਾਮੀ ਉਹ ਪਰਮਾਤਮਾ ਅੰਤਰਜਾਮੀ ਆ ਉਹਦੇ ਅੱਗੇ ਕੁਝ ਨਹੀਂ ਲੁਕਿਆ ਰਾਰੇ ਦਾ ਮਤਲਬ ਰਖਵਾਲਾ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਤੇ ਦੱਦੇ ਦਾ ਮਤਲਬ ਦਾਤਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟਨੇ ਆਵੀ ਅਗੰਤ ਭਰੇ ਭੰਡਾਰ ਉਹਦੇ ਵਰਗਾ ਦਾਤਾ ਕੋਈ ਨਹੀਂ ਤੇ ਉਹਦੇ ਵਰਗਾ ਸਹਾਰਾ ਕੋਈ ਨਹੀਂ ਤੇ ਇਸ ਫਿਲਮ ਦੇ ਵਿੱਚ ਇਹੀ ਦੱਸਿਆ ਗਿਆ ਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਸਾਨੂੰ ਡੋਲਣਾ ਨਹੀਂ ਚਾਹੀਦਾ ਸਾਡਾ ਤੇ ਇਤਿਹਾਸ ਐਸੀ ਸਾਨੂੰ ਦ੍ਰਿੜਤਾ ਕਰਵਾਉਂਦਾ ਕਿ ਗੁਰੂ ਅਰਜਨ ਦੇਵ ਜੀ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨ ਕੇ ਗਏ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮਾਗੇ ਬਹੁਤ ਬੁਲਾਰੇ ਬੋਲਣ ਵਾਲੇ ਨੇ ਮੈਂ ਜ਼ਿਆਦਾ ਨਹੀਂ ਬੋਲਣਾ ਤੇ ਮੈਂ ਸਾਰੀ ਟੀਮ ਨੂੰ ਬਾਈ ਗਿੱਪੀ ਗਰੇਵਾਲ ਉਹਨਾਂ ਨੂੰ ਬਾਈ ਗੁਰਪ੍ਰੀਤ ਸਿੰਘ ਘੁੱਗੀ ਜੀ ਤੇ ਸਾਰੀ ਇਹਨਾਂ ਦੀ ਟੀਮ ਬਾਈ ਕਵਲਜੀਤ ਪ੍ਰਿੰਸ ਜੀ ਸਾਡੀਆਂ ਭੈਣਾਂ ਜਿਨ੍ਹਾਂ ਨੇ ਬਹੁਤ ਸੱਚੇ ਢੰਗ ਦੇ ਨਾਲ ਰੋਲ ਨਿਭਾਇਆ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਮਾਲਕ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਿ ਇਹ ਮੂਵੀ ਪਹਿਲੀਆਂ ਮੂਵੀਆਂ ਤੋਂ ਵੀ ਚੜ੍ਹਦੀ ਕਲਾ 'ਚ ਜਾਵੇ ਤੇ ਇੱਕ ਨਵਾਂ ਮੀਲ ਪੱਥਰ ਕੱਢ ਕੇ ਜਾਊਗੀ ਸਾਰਿਆਂ ਨੂੰ ਫਿਰ ਬੇਨਤੀ ਆ ਪਰਿਵਾਰਾਂ ਸਮੇਤ ਜ਼ਰੂਰ ਇਸ ਮੂਵੀ ਨੂੰ ਵੇਖਣ ਵਾਸਤੇ ਆਇਓ ਕਿਉਂਕਿ ਇਹ ਰਿਸ਼ਤਿਆਂ ਨੂੰ ਜੋੜਨ ਦਾ ਕੰਮ ਕਰੂਗੀ ਮੂਵੀ ਤੇ ਇਦਾਂ ਦੀਆਂ ਫਿਲਮਾਂ ਅੱਜ ਸਾਡੇ ਸਮਾਜ ਦੇ ਵਿੱਚ ਸੇਧ ਦੇਣ ਵਾਲੀਆਂ ਬਣਨੀਆਂ ਚਾਹੀਦੀਆਂ ਮੇਰਾ ਇਹਨਾਂ ਵੀਰਾਂ ਦੀ ਚੜ੍ਹਦੀ ਕਲਾ ਦੀ ਮੈਂ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰੀ ਸੰਗਤ ਨੂੰ ਜਾਣ ਕੇ ਖੁਸ਼ੀ ਹੋਊਗੀ ਜਿੱਥੇ ਇੰਨੀਆਂ ਸ਼ਖਸੀਅਤਾਂ ਇਸ ਫਿਲਮ ਦਾ ਹਿੱਸਾ ਨੇ ਉੱਥੇ ਸਾਡੇ ਪੰਥ ਦੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਵੀ ਇਸ ਫਿਲਮ ਦਾ ਹਿੱਸਾ ਨੇ ਇਹਦਾ ਜਿਹੜਾ ਨਾਮ ਅਗਰੇਵਾਲ ਸਾਹਿਬ ਉਹ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਰੱਖਿਆ ਇਸ ਫਿਲਮ ਦਾ ਸੋ ਸਤਿਗੁਰੂ ਜੀ ਨੂੰ ਅੱਜ ਸੱਚੇ ਪਾਤਸ਼ਾਹ ਮਿਹਰ ਕਰਨ ਜਦੋਂ ਐਡੀਆਂ ਐਡੀਆਂ ਸ਼ਖਸੀਅਤਾਂ ਤੁਹਾਡੇ ਨਾਲ ਨੇ ਤੁਹਾਨੂੰ ਪਿਆਰ ਦੇ ਰਹੀਆਂ ਨੇ ਤੇ ਤੁਸੀਂ ਦੇਖੋ ਵੀ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਹੋਰ ਵੀ ਵੱਲ ਉੱਦਮ ਬਖਸ਼ਣ ਤੇ ਹਮੇਸ਼ਾ ਚੜ੍ਹਦੀ ਕਲਾ ਹੀ ਹੋਣੀ ਆ ਇਦਾਂ ਦੇ ਫਿਲਮਾਂ ਸਾਡੀ ਝੋਲੀ ਪਾਉਂਦੇ ਰਹੋ ਤੇ ਬਹੁਤ ਬਹੁਤ ਸਾਰੇ ਮੀਡੀਆ ਦਾ ਔਰ ਮੀਡੀਆ ਵਾਲੇ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਤੁਸੀਂ ਬਹੁਤ ਵੱਡੀ ਗਿਣਤੀ 'ਚ ਪਹੁੰਚੇ ਹੋ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਇਹਨਾਂ ਨੇ ਆਪਣੀ ਮਿਹਨਤ ਨਿਭਾਈ ਆ ਇੱਕ ਫਿਲਮ ਤੇ ਇੱਕ 3 ਮਿੰਟ ਦਾ ਜਿਹੜਾ ਗੀਤ ਆ ਉਹਨੂੰ ਬਣਾਉਣ ਵਾਸਤੇ ਬਹੁਤ ਮਿਹਨਤ ਲੱਗਦੀ ਆ ਤੇ ਮੈਂ ਮੇਰੇ ਨਾਲ ਭਾਈ ਸਾਹਿਬ ਬੈਠੇ ਸੀ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਮੈਂ ਇਹ ਤਾਂ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਆ ਜਿੱਥੇ ਇਹਨਾਂ ਨੇ ਮਿਹਨਤ ਕਰਕੇ ਤੁਹਾਡੇ ਅੱਗੇ ਰੱਖਤੀ ਤੇ ਹੁਣ ਅਸੀਂ ਇਹਨਾਂ ਦੀ ਮਿਹਨਤ ਨੂੰ ਭਾਗ ਲਾਉਣਾ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜਿੱਥੇ ਜਿੰਨੇ ਮੀਡੀਆ ਕਰਮਚਾਰੀ ਵੀਰ ਆਏ ਨੇ ਆਪਣਾ ਫਰਜ਼ ਸਮਝਦੇ ਹੋਏ ਆਪਾਂ ਲੋਕਾਂ ਤੱਕ ਇਸ ਫਿਲਮ ਦੀ ਆਵਾਜ਼ ਨੂੰ ਪਹੁੰਚਾਈਏ ਤਾਂ ਜੋ ਫਿਲਮਾਂ ਨੂੰ ਹੁੰਗਾਰਾ ਮਿਲੇ ਜੇ ਅਰਦਾਸਾਂ ਤਾਂ ਕਬੂਲ ਪਹਿਲਾਂ ਵੀ 2 ਫਿਲਮਾਂ 'ਚ ਹੋਈਆਂ ਹੀ ਨੇ ਇਹ ਵੀ ਹੋਣੀ ਆ ਸੋ ਜਦੋਂ ਅਗਲੀ ਵਾਰ ਹੋਰ ਫਿਲਮ ਜਿਹੜੀ ਆ 4 ਨੰਬਰ ਵਾਲੀ ਫਿਲਮ ਜਿਹੜੀ ਆ ਅਰਦਾਸ ਗਰੇਵਾਲ ਸਾਹਿਬ ਕਰਨਗੇ ਤਾਂ ਉਹ ਕਿੱਦਾਂ ਦੀ ਹੋਊਗੀ ਕਿਉਂਕਿ ਹਰ ਵਾਰੀ ਇਹਨਾਂ ਨੂੰ ਬਹੁਤ ਵੱਡਾ ਤੁਸੀਂ ਚੈਲੰਜ ਦਿੰਦੇ ਹੋ ਤੇ ਉਹ ਚੈਲੰਜ ਨੂੰ ਇਹ ਪਾਰ ਕਰ ਜਾਂਦੇ ਆ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਮੀਡੀਆ ਕਰਮਚਾਰੀ ਵੀਰਾਂ ਦੇ ਚਰਨਾਂ 'ਚ ਕੋਈ ਆਪਦਾ ਪੇਜ ਚਲਾਉਂਦਾ ਕੋਈ ਇੰਸਟਾਗ੍ਰਾਮ ਚਲਾਉਂਦਾ ਜਿੰਨੇ ਵੀ ਆਪਾਂ ਸਾਰੇ ਆਏ ਆ ਵੱਧ ਚੜ ਕੇ ਫਿਲਮ ਦੀ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਭੈਣ ਸ਼ੁਕਰੀਆ ਤੁਹਾਡਾ ਅੱਜ ਇਸ ਮੂਵੀ ਨੂੰ ਦੇਖ ਕੇ ਪਹਿਲਾਂ ਤਾਂ ਗਿੱਪੀ ਵੀਰ ਦਾ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਵੀਰ ਦਾ ਪੂਰੀ ਟੀਮ ਦਾ ਸਾਰੇ ਜਿੰਨੇ ਵੀ ਵੀਰਾਂ ਨੇ ਇਸ ਫਿਲਮ ਦੇ ਵਿੱਚ ਰੋਲ ਅਦਾ ਕੀਤਾ ਇੱਕ ਇੱਕ ਰੋਲ ਸਾਨੂੰ ਇੰਝ ਲੱਗਦਾ ਸੀ ਜਿਵੇਂ ਸੱਚ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਵਿੱਚ ਦੀ ਵਿਚਰਦਾ ਹੋਵੇ
ਸਾਡੇ ਸੁਪਨਿਆਂ ਦੇ ਘਰ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਜਾਂ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਅੱਜ ਦੀ ਇਸ ਮੂਵੀ ਨੂੰ ਦੇਖਿਆ ਅਤੇ ਉਹਨਾਂ ਕਿਰਦਾਰਾਂ ਨਾਲ ਜੇ ਆਪਾਂ ਜੋੜ ਕੇ ਦੇਖੀਏ ਸਾਡੇ ਸਮਾਜ 'ਚ ਸੱਚੀਓ ਹੀ ਸਭ ਕੁਛ ਹੋ ਰਿਹਾ ਵਾ। ਅਤੇ ਇਸ ਮੂਵੀ ਨੂੰ ਦੇਖ ਕੇ ਜੇ ਕਿਸੇ ਇੱਕ ਬੰਦੇ ਦੀ ਵੀ ਜ਼ਿੰਦਗੀ 'ਚ ਤਬਦੀਲੀ ਆ ਜਾਵੇ ਤਾਂ ਵੀਰੇ ਹੁਣਾਂ ਦਾ ਬਣਾਇਆ ਹੋਇਆ ਕੰਟੈਂਟ ਸਫਲ ਆ। ਅੱਜ ਜਿੱਥੇ ਬਹੁਤ ਸਾਰੇ ਵਿਦਵਾਨ ਵੀਰਾਂ ਨੇ ਆਪਣੇ ਮੁਖਾਰਬਿੰਦ ਤੋਂ ਇਸ ਫਿਲਮ ਦੇ ਬਾਰੇ ਚੰਗਾ ਬੋਲਿਆ, ਮੈਂ ਕੋਈ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਸੰਗਤ ਨੂੰ ਇਹੀ ਅਪੀਲ ਕਰਦਾ ਇਸ ਫਿਲਮ ਨੂੰ ਆਪਾਂ ਵੱਧ ਕੇ ਸਾਥ ਦੇਈਏ, ਕਿਉਂਕਿ ਜੇ ਇੱਦਾਂ ਦੀਆਂ ਮੂਵੀਆਂ ਬਣਨਗੀਆਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ, ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ, ਪੰਜਾਬ ਦੀ ਬਿਹਤਰੀ ਵਾਸਤੇ ਇੱਕ ਵੱਡਾ ਪਹਿਲਾ ਕਦਮ ਹੋਊ, ਇੱਕ ਵੱਡਾ ਉਪਰਾਲਾ ਹੋਊ। ਤੁਸੀਂ ਇੱਕ ਮੂਵੀ ਦੇਖ ਕੇ ਆਪਣੇ ਪਰਿਵਾਰ ਦੇ ਨਾਲ ਇਸ ਕੰਟਰੀਬਿਊਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ, ਆਪਣਾ ਹਿੱਸਾ ਪਾ ਸਕਦੇ ਹੋ। ਪੰਜਾਬ ਦੇ ਸੁਨਹਿਰੇ ਭਵਿੱਖ ਦੀ ਗੱਲ ਕਰ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਦੀ ਗੱਲ ਕਰ। ਜੋ ਕਰੈਕਟਰ ਬਾਰੇ ਗੱਲ ਕੀਤੀ ਆ ਉਹ ਸਾਰਿਆਂ ਨੇ ਦੱਸਿਆ, ਤੁਸੀਂ ਖੁਦ ਆ ਕੇ ਦੇਖੋਗੇ ਕਿ ਅਰਦਾਸ 3 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੈਸੇਜ ਭਰਪੂਰ ਫਿਲਮ ਆ। ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨਗੇ, ਅਸੀਂ ਆਪਣੇ ਬਜ਼ੁਰਗਾਂ ਦੀ ਖੁਦ ਰਿਸਪੈਕਟ ਕਰੋਗੇ, ਤੁਹਾਨੂੰ ਇਹ ਕਰੈਕਟਰ ਆਪਣੇ ਘਰ ਦੇ ਵਿੱਚ ਨਜ਼ਰ ਆਉਣਗੇ। ਬਸ ਇੰਨੀਆਂ ਕਿ ਮੇਰੀਆਂ ਬੇਨਤੀਆਂ, ਪਲੀਜ਼ ਵੱਧ ਤੋਂ ਵੱਧ ਗਿਣਤੀ 'ਚ ਆਪਾਂ, ਸਾਡਾ ਇੱਕ ਭਰਾਵਾਂ ਨਾਲ ਪਿਆਰ ਆ, ਅਸੀਂ ਇਸ ਮੂਵੀ ਨੂੰ ਦੇਖ ਕੇ ਅੱਜ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਸਕੇ। ਮੈਂ ਇਕੱਲਾ ਨਹੀਂ ਥੀਏਟਰ ਦੇ ਵਿੱਚ ਬੈਠਾ, ਸ਼ਾਇਦ ਹੀ ਕੋਈ ਅੱਖ ਹੋਵੇ ਜਿਹੜੀ ਗਿੱਲੀ ਨਾ ਹੋਈ ਹੋਵੇ। ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਉਸ ਸਾਰੇ ਕਾਸੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ, ਉਹ ਮਾਂ ਦਾ ਕਰੈਕਟਰ, ਉਹ ਬੱਚੇ ਦਾ, ਉਹ ਧੀ ਦਾ, ਉਹ ਪੁੱਤ ਦਾ, ਹਰ ਤਰ੍ਹਾਂ ਦਾ ਕਰੈਕਟਰ ਸਾਡੇ ਸਮਾਜ 'ਚ ਅੱਜ ਸਾਡੀ ਹੀਣਤਾ ਨੂੰ ਦਰਸਾਉਂਦਾ, ਅੱਜ ਸਾਡੇ ਸਮਾਜ ਦੀ ਨਿਗਰਦੀ ਹੋਈ ਸੋਚ ਨੂੰ ਦਰਸਾਉਂਦਾ, ਅਤੇ ਨਾਲ ਦੀ ਨਾਲ ਸਾਨੂੰ ਸਿੱਖਿਆ ਵੀ ਦੇ ਰਿਹਾ ਵੀ ਅੱਜ ਸਾਡੇ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ, ਅੱਜ ਸਾਡੇ ਪੰਜਾਬ 'ਚ ਜੇ ਸੁਪਨਿਆਂ ਦਾ ਘਰ ਬਣਿਆ, ਮਨੁੱਖਤਾ ਦੀ ਸੇਵਾ ਵਰਗੀ ਇੱਕ ਸੰਸਥਾ ਹੋਣ ਦੇ ਵਿੱਚ ਆਈ ਆ, ਇਹ ਸਾਡੇ ਵਾਸਤੇ ਨਮੋਸ਼ੀ ਦੀ ਗੱਲ ਆ। ਇਹ ਹੋਣੀਆਂ ਨਹੀਂ ਚਾਹੀਦੀਆਂ ਇੱਦਾਂ ਦੀਆਂ ਸੰਸਥਾਵਾਂ ਸਾਡੇ ਪੰਜਾਬ 'ਚ, ਲੋੜ ਨਹੀਂ ਪੈਣੀ ਚਾਹੀਦੀ। ਜੇ ਇੱਦਾਂ ਦੀਆਂ ਮੈਸੇਜ ਭਰਪੂਰ ਮੂਵੀਆਂ ਬਣਨ ਤਾਂ ਸਾਡੇ ਉਹ ਸਰਪਣ ਪੁੱਤ ਦੁਬਾਰਾ ਸਰਪਣ ਬਣ ਸਕਦੇ ਨੇ ਜਿਹੜੇ ਆਪਣੇ ਮਾਂ ਬਾਪ ਨੂੰ ਦਤਕਾਰ ਕੇ ਇਹਨਾਂ ਆਸ਼ਰਮਾਂ 'ਚ ਭੇਜ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ, ਮੈਂ ਪੂਰੀ ਟੀਮ ਦਾ ਧੰਨਵਾਦ ਕਰਦਾ, ਬਹੁਤ ਹੀ ਜ਼ਿਆਦਾ ਵਧੀਆ ਵੀਰ ਜੀ ਤੁਸੀਂ ਕੰਮ ਕੀਤਾ। ਜੋ ਐਕਟਿੰਗ ਆ ਉਹ ਤਾਂ ਹੈ ਹੀ, ਪਰ ਰੀਅਲ ਦੇ ਵਿੱਚ ਤੁਹਾਡੇ ਘਰਾਂ 'ਚ ਤੁਹਾਨੂੰ ਨਜ਼ਰ ਆਊਗੀ ਫਿਲਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਬਸ ਥੈਂਕ ਯੂ ਜੀ, ਤੇ ਹੁਣ ਤੁਹਾਡੇ ਵਾਲੇ ਆ ਫਿਲਮ, ਅੱਗੇ ਤੁਸੀਂ ਜਾ ਕੇ ਆਪਦਾ ਆਪਣੇ ਰਿਵਿਊਜ਼ ਆਪਣੀ ਥੈਂਕ ਯੂ। ਬਸ ਤੁਸੀਂ ਜ਼ਿੰਮੇਵਾਰੀ ਆ, ਹੁਣ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਦੇਖ ਲਈ ਫਿਲਮ ਤੇ ਅਸੀਂ ਆਪਣਾ ਕੰਮ ਕਰਤਾ ਜੀ। ਮੈਂ ਘੁੱਗੀ ਭਾਈ ਨੂੰ ਪੁੱਛਦਾ ਜੀ, ਮੈਂ ਕਿਹਾ ਭਾਜੀ ਦੋ ਪਹਿਲਾਂ ਬਣਾਈਆਂ ਨੇ ਤੇ ਹੁਣ ਤੀਜੀ ਬਣਾਈ ਹੈ ਤਾਂ ਉਹਦੇ ਨਾਲੋਂ ਬੈਟਰ ਬਣਨੀ ਚਾਹੀਦੀ ਆ, ਤੇ ਅਸੀਂ ਤਾਂ ਉਹੀ ਕੋਸ਼ਿਸ਼ ਕੀਤੀ ਆ, ਬਾਕੀ ਹੁਣ ਤੁਸੀਂ ਦੇਖ ਲਈ ਆ ਜੀ। ਥੈਂਕ ਯੂ ਬਸ ਤੁਹਾਡਾ। ਮੇਰੇ ਜ਼ਹਿਨ 'ਚ ਹਾਲੇ ਕੁਛ ਨਹੀਂ ਚੱਲ ਰਿਹਾ ਹੈਗਾ। ਐਕਚੁਲੀ ਮੈਨੂੰ ਇਹ ਸੀ ਅੱਜ ਪਹਿਲੀ ਸਕਰੀਨਿੰਗ ਸੀ, ਕਿਉਂਕਿ ਮੈਂ ਤਾਂ ਬਹੁਤ ਵਾਰੀ ਹੁਣ ਫਿਲਮ ਦੇਖ ਲੈਣਾ ਜਦੋਂ ਬਣਾਉਣ ਤੋਂ ਪਹਿਲਾਂ, ਐਜ਼ ਅ ਡਾਇਰੈਕਟਰ ਮੈਂ ਪਤਾ ਨਹੀਂ ਕਿੰਨੀ ਵਾਰੀ ਦੇਖ ਲਈ, ਸੋ ਮੈਨੂੰ ਪਤਾ ਨਹੀਂ ਲੱਗਦਾ ਹੁਣ ਆ ਕੇ ਐਂਡ ਦੇ ਉੱਤੇ। ਮੈਂ ਤਾਂ ਆਪਦੇ ਜਿਹੜੀ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਕੀ ਕੀ ਹੋ ਸਕਦਾ। ਮੈਂ ਘੁੱਗੀ ਭਾਅ ਜੀ ਨੂੰ ਦਿਖਾਈ ਸੀ,
ਇਹ ਮੈਨੂੰ ਕਹਿੰਦੇ ਵੀ ਤੂੰ ਪਹਿਲੀ ਵਾਲੇ ਨਾਲੋਂ ਬਹੁਤ ਜ਼ਿਆਦਾ ਵਧੀਆ ਬਣਾਈ ਆ। ਮੈਂ ਕਿਹਾ ਮੈਂ ਇਹਨਾਂ ਦਾ ਡਾਇਰੈਕਟਰ ਹਾਂ, ਸ਼ਾਇਦ ਮੈਨੂੰ ਪੰਪ ਵੀ ਦੇ ਸਕਦੇ ਨੇ। ਮੈਨੂੰ ਐਂ ਸੀਗਾ ਵੀ ਅੱਜ ਪਤਾ ਲੱਗੂਗਾ ਐਕਚੁਅਲੀ, ਹੈ ਨਾ। ਸੋ ਅੱਜ ਹੁਣ ਪਤਾ ਲੱਗਿਆ ਜੀ, ਮੈਨੂੰ ਤਾਂ ਆਪ ਤੁਹਾਡੇ ਨਾਲ ਹੀ ਪਤਾ ਲੱਗਿਆ। ਬਸ ਐਕਚੁਅਲੀ ਮੈਨੂੰ ਸੀਗਾ ਜੀ, ਕਿਉਂਕਿ ਮੈਂ ਬਣਾਈ ਆਪਣੇ ਅਕੋਰਡਿੰਗ ਹੋਵੇ ਸੀਗੀ ਕਿ ਯਾਰ ਮੈਂ ਇੱਦਾਂ ਬਣਾਵਾਂ ਕਿ ਲੋਕਾਂ ਨੂੰ ਇੱਦਾਂ, ਕਿਉਂਕਿ ਮੈਨੂੰ ਲੱਗਦਾ ਚੀਜ਼ ਉਹੀ ਬਣਾਉਣ ਦਾ ਉਹੀ ਬਣਾਉਣੀ ਚਾਹੀਦੀ ਆ ਜਿਹਦਾ ਇੰਪੈਕਟ ਆਵੇ ਪੂਰੇ ਦਾ ਪੂਰਾ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਇਸ ਫਿਲਮ ਨੂੰ ਬਣਾਉਣਾ ਥੋੜ੍ਹਾ ਔਖਾ ਵਾ, ਕਿਉਂਕਿ ਤੁਸੀਂ ਵਧੀਆ ਗੱਲਾਂ ਕਰ ਰਹੇ ਹੋ, ਸਿਆਣੀਆਂ ਗੱਲਾਂ ਕਰ ਰਹੇ ਹੋ, ਔਰ ਅੱਜ ਦੀ ਡੇਟ 'ਚ ਕੋਈ ਸਿਆਣੀ ਗੱਲ ਸੁਣਨੀ ਨਹੀਂ ਚਾਹੁੰਦਾ। ਜੇ ਤੁਸੀਂ ਇੰਟਰਟੇਨਿੰਗ ਨਹੀਂ ਕਹਿੰਦੇ, ਇੰਟਰਟੇਨਮੈਂਟ ਨਹੀਂ ਦਿੰਦੇ ਹੈਗੇ ਤਾਂ ਗੜਬੜ ਹੋ ਜਾਂਦੀ ਆ। ਸੋ ਬੜਾ ਬੰਨ ਕੇ ਰੱਖਣਾ ਪੈਂਦਾ ਜੀ ਕਿ ਸੀਨ ਹੋਲਡ ਵੀ ਕਰੇ, ਤੁਹਾਨੂੰ ਇੰਟਰਟੇਨ ਵੀ ਕਰੇ, ਅਤੇ ਤੁਹਾਨੂੰ ਵਧੀਆ ਗੱਲਾਂ ਵੀ ਦੱਸੇ, ਤੁਹਾਨੂੰ ਚੰਗੇ ਸੁਨੇਹੇ ਵੀ ਦੇਵੇ। ਸੋ ਕਿਉਂਕਿ ਲਾਈਨ ਜਦੋਂ ਤੁਸੀਂ ਲਿਖਦੇ ਹੋ ਤੁਹਾਡੇ ਮਨ 'ਚ ਬੜੀਆਂ ਚੀਜ਼ਾਂ ਆਉਂਦੀਆਂ, ਇੱਕ ਇੱਕ ਅੱਖਰ ਪਿੱਛੇ ਕਈ ਵਾਰੀ ਲੜਾਈ ਹੁੰਦੀ ਆ, ਬਟ ਅੱਜ ਜਦੋਂ ਇੱਕ ਇੱਕ ਲਾਈਨ 'ਤੇ ਤਾੜੀਆਂ ਵੱਜਦੀਆਂ ਜਿੱਦਾਂ ਮੈਨੂੰ ਐਂ ਲੱਗਿਆ, ਮੈਂ ਕਿਹਾ ਯਾਰ ਠੀਕ ਹੋਇਆ ਕੰਮ, ਬੰਦੇ ਖਤਰਨਾਕ ਨੇ ਮੇਰੇ ਕੋਲ ਸਾਰੇ ਦੇ ਸਾਰੇ। ਸੋ ਸਾਰਿਆਂ ਨੇ ਪਰਫੋਰਮੈਂਸ ਵਾਲੀ ਤਾਂ, ਔਰ ਘੁੱਗੀ ਭਾਅ ਜੀ ਤਾਂ ਹਮੇਸ਼ਾ ਹੀ ਮੈਂ ਅੱਗੇ ਵੀ ਕਹਿੰਦਾ ਹੁੰਦਾ ਮੈਂ ਥੋੜ੍ਹਾ ਸੇਫ ਹੋ ਜਾਂਦਾ, ਕਿਉਂਕਿ ਇਸ ਸਬਜੈਕਟ ਲਈ ਮੈਨੂੰ ਇੱਕ ਹਮੇਸ਼ਾ ਗਾਈਡੈਂਸ ਚਾਹੀਦੀ ਆ, ਜਿਹੜੀ ਘੁੱਗੀ ਭਾਅ ਜੀ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦੀ, ਔਰ ਇਹ ਫਿਲਮ ਘੁੱਗੀ ਭਾਅ ਜੀ ਤੋਂ ਬਿਨਾਂ ਕਦੇ ਜ਼ਿੰਦਗੀ 'ਚ ਬਣੀ ਨਹੀਂ ਸਕਦੀ। ਇਹਦੇ ਸਬਜੈਕਟ ਹੀ ਹੀਰੋ ਹੈ, ਪਰ ਹੀਰੋ ਸ਼ਬਦ ਵੀ ਇਸ ਫਿਲਮ ਲਈ ਸੂਟੇਬਲ ਹੀ ਨਹੀਂ, ਕਿਉਂਕਿ ਇਹਦਾ ਅਰਦਾਸ ਹੀ ਲੀਡ ਕਰ ਗਈ ਸਾਨੂੰ ਸਾਰੇ। ਮੈਂ ਪੂਰੀ ਮੂਵੀ ਚ ਰੋ ਹੋ ਰਹੀ ਸੀ, ਬਹੁਤ ਬਹੁਤ ਇਸ ਮੂਵੀ ਨਾਲ ਜੁੜ ਕੇ ਮੈਨੂੰ ਲੱਗਿਆ ਬਾਬਾ ਜੀ ਨੇ ਮੇਰੇ ਉੱਤੇ ਮਿਹਰ ਕਰ ਦਿੱਤੀ, ਤੇ I will always be proud of it. Thank you. ਵੇਲੇ ਕਰਾ ਦੇਣੇ ਤੇਰੀ ਮੂਵੀ ਨੇ ਵੇਖੀ ਸੀ ਆ। ਜੋ ਕਰੇ ਸਿੱਖਾ ਦੇਣੀਆਂ ਮੂਵੀ। ਮਾਰਨ ਤੁਹਾਨੂੰ ਲੰਬੀ ਉਮਰ ਦੇਵੇ, ਲੰਬੀ ਸਾਰੀ ਉਮਰ ਤੁਹਾਨੂੰ ਦੇਵੇ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਸੋ ਦੇਖਿਆ ਸੀ ਜੈਸਮਿਨ ਪੂਰਾ ਕੀ ਐਕਟਿੰਗ ਕਰ ਰਹੀ ਸੀ। ਕਮਾਲ ਹੋ ਰਹੀ ਸੀ ਐਕਟਿੰਗ ਤਾਂ ਜੈਸਮਿਨ। ਬਿਲਕੁਲ ਜੀ, ਦੋ ਬੰਦਿਆਂ ਨੂੰ ਮੈਚ ਕੀ ਡਾਇਲੋਗ ਕਰ ਦਿੱਤੇ ਸੀ ਇਹਨਾਂ ਦੋਨਾਂ ਨੂੰ। ਜਦੋਂ ਸਾਇਲੈਂਸ ਬੋਲਦੀ ਹੈ ਨਾ ਉਦੋਂ ਪੂਰੀ ਕਾਇਨਾਤ ਸੁਣਦੀ ਹੈ। ਦੇਖੋ ਤੁਹਾਡੀਆਂ ਕਹਾਣੀਆਂ ਨੇ ਤੁਹਾਡੇ ਤੋਂ ਲਈਆਂ ਹੋਈਆਂ ਨੇ, ਹੁਣ ਜਦੋਂ ਲੋਕ ਆਹ ਫਿਲਮ ਦੇਖ ਕੇ ਨਿਕਲਦੇ ਆ ਤਾਂ ਉਹ ਆਪਣੀਆਂ ਕਹਾਣੀਆਂ ਡਿਸਕਸ ਕਰਦੇ ਆ, ਕਈ ਵਾਰੀ ਸਾਨੂੰ ਦੱਸਦੇ ਆ। ਮਿੰਟੂ ਵੀਰ ਆਏ ਹੋਏ ਸੀਗੇ, ਇਹਨਾਂ ਦੇ ਉੱਥੇ ਕੱਲ੍ਹ ਗਏ ਸੀਗੇ ਅਸੀਂ ਸੁਪਨਿਆਂ ਦੇ ਘਰ 'ਚ, ਉੱਥੇ ਹਜ਼ਾਰਾਂ ਕਹਾਣੀਆਂ ਨੇ ਜੀ। ਸੋ ਬਹੁਤ ਕਹਾਣੀਆਂ ਇੱਥੋਂ ਹੀ ਮਿਲਦੀਆਂ ਨੇ, ਔਰ ਇਹ ਫਿਲਮ ਤਾਂ ਹੈ ਹੀ ਲੋਕਾਂ ਦੀ, ਲੋਕਾਂ 'ਚੋਂ ਨਿਕਲਦੀ ਆ। ਇੱਕ ਵੀ ਚੀਜ਼ ਮੈਂ ਇਹ ਨਹੀਂ ਕਹਿ ਸਕਦਾ ਕਿ ਅਸੀਂ ਫਿਕਸ਼ਨ ਬਣਾ ਦਈ ਆ, ਸੁਣ ਸੁਣਾ ਕੇ ਗੱਲਾਂ ਕੀਤੀਆਂ ਹੋਈਆਂ, ਉਹਨੂੰ ਬਸ ਸਕਰੀਨ ਪਲੇ ਦੇ ਹਿਸਾਬ ਨਾਲ ਸੈੱਟ ਕਰਦੇ ਹਾਂ। ਸਾਰਿਆਂ ਨਾਲ ਬਹੁਤ ਪਿਆਰ ਹੈ ਜੀ, ਅੱਜ ਵੀ ਐਕਚੁਅਲੀ ਕੀ ਹੈ, ਮੈਨੂੰ ਲੱਗਦਾ ਸਾਰਿਆਂ ਦੀ ਸ਼ੂਟਿੰਗ ਹੈ,
ਅਮਰਿੰਦਰ ਦਾ ਵੀ ਪਹਿਲਾਂ ਪਲਾਨ ਬਣਦਾ ਸੀਗਾ ਪਰ ਉਹਨਾਂ ਦੀ ਸ਼ੂਟਿੰਗ ਲੇਟ ਹੋਣੀ ਸੀ, ਐਮੀ ਉਹਨਾਂ ਦੀ ਵੀ ਸ਼ੂਟਿੰਗ ਆ, ਬੱਬੂ ਬਾਈ ਹੋਰਾਂ ਦੀ ਵੀ ਸ਼ੂਟਿੰਗ ਹੈ, ਸੋ ਸਾਰਿਆਂ ਦੀ ਸ਼ੂਟਿੰਗ ਸੀਗੀ, ਬਟ ਅਸੀਂ ਸੋਮਵਾਰ ਰੱਖਿਆ ਹੋਇਆ ਸੀਗਾ ਕਿਉਂਕਿ ਅੱਗੇ ਪ੍ਰੀਮੀਅਰ ਅੱਗੇ ਕਰਨੇ ਸੀਗੇ ਤਾਂ ਕਰਕੇ ਨਹੀਂ, ਨਹੀਂ ਤਾਂ ਸਾਰੇ ਬੰਦੇ, ਔਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਇਹੋ ਜਿਹਾ ਬਿਲਕੁਲ ਕੁਛ ਨਹੀਂ ਹੈਗਾ, ਸਾਰੀ ਇੰਡਸਟਰੀ ਇਕੱਠੀ ਹੈ, ਸਾਰੇ ਇੱਕ ਦੂਜੇ ਦੀ ਸਪੋਰਟ ਕਰਦੇ ਆ, ਤੁਸੀਂ ਸਾਰੀਆਂ ਵਧੀਆ ਫਿਲਮਾਂ ਦੇਖਿਆ ਕਰੋ, ਅਸੀਂ ਆਪਸ ਦੇ ਵਿੱਚ ਸਾਡਾ ਬਹੁਤ ਪਿਆਰ ਹੈ। ਜੋ ਭਾਜੀ ਗੱਲ ਕਰਦੇ ਹੁੰਦੇ ਆ, ਜਦੋਂ ਇੰਨੇ ਸ਼ਾਨਦਾਰ ਕਲਾਕਾਰ ਤੁਹਾਡੇ ਆਲੇ ਦੁਆਲੇ ਹੋਣ ਨਾ, ਤੁਹਾਡੇ ਲਈ ਬਹੁਤ ਸੌਖਾ ਜਾਂਦਾ। ਮੇਰੇ ਲਈ ਤਾਂ ਵਰਕਸ਼ਾਪ ਆਉਂਦੀ ਆ ਹਮੇਸ਼ਾ, ਜਦੋਂ ਮੈਂ ਬਾਈ ਹੋਰਾਂ ਨਾਲ ਕੰਮ ਕਰਦਾ, ਘੁੱਗੀ ਭਾਜੀ ਆਲੇ ਦੁਆਲੇ ਹੁੰਦੇ ਆ, ਇਹ ਥਾਪੜੇ ਦਿੰਦੇ ਆ, ਬਾਈ ਹੋਰੀ ਇੰਨਾ ਸੋਹਣਾ ਕਰੈਕਟਰ ਲਿਖਿਆ ਤਾਂ ਤੁਸੀਂ ਚਾਹੇ ਬੋਲ ਦਿਓ ਤਾਂ ਵੀ ਵਧੀਆ ਹੋ ਜਾਂਦਾ, ਕਿਉਂਕਿ ਬੁਣਿਆ ਇੰਨਾ ਸੋਹਣਾ ਹੁੰਦਾ। ਤਾਂ ਸਾਰੇ ਜਿੰਨੇ ਵੀ ਐਕਟਰ ਸੀਗੇ ਆਲੇ ਦੁਆਲੇ, ਮੈਂ ਤਾਂ ਸਭ ਤੋਂ ਛੋਟਾ ਸਾਰੇ ਪਿਆਰ ਦੁਲਾਰ ਨਾਲ ਹੀ ਕਰਾ ਲੈਂਦੇ ਆ ਕੰਮ, ਔਰ ਮੇਰੇ ਸਾਹਮਣੇ ਇੰਨੇ ਵਧੀਆ ਖੜੇ ਹੁੰਦੇ ਨੇ, ਮੇਰਾ ਜੇ ਰਿਐਕਸ਼ਨ ਵੀ ਆ ਜਾਏ ਤਾਂ ਵੀ ਠੀਕ ਹੋ ਜਾਂਦਾ। ਸੋ ਇਹਦਾ ਸਿਹਰਾ ਗਿੱਪੀ ਬਾਈ ਨੂੰ ਜਾਂਦਾ, ਕਿੱਡੀ ਸ਼ਾਨਦਾਰ ਫਿਲਮ, ਜਿਹੜੀ ਮਾਸਟਰਪੀਸ ਹੈ ਪੰਜਾਬੀ ਸਿਨੇਮੇ ਦੀ, ਉਹਦੇ 'ਚ ਮੈਨੂੰ ਮੌਕਾ ਮਿਲਿਆ, ਪਹਿਲੀ 'ਚ ਕੈਮਿਓ ਸੀਗਾ, ਸੋ ਮੈਂ ਤਾਂ ਬਹੁਤ ਭਾਗਾਂ ਨਾਲ ਸਮਝਦਾ ਆਪਣੇ ਆਪ ਨੂੰ। ਸੋ ਇਸੇ ਤਰ੍ਹਾਂ ਪਿਆਰ ਬਣਿਆ ਰਹੇ, ਥੈਂਕ ਯੂ ਵੀਰੇ, ਸ਼ੁਕਰੀਆ, ਹਮੇਸ਼ਾ ਮੈਨੂੰ ਬਹੁਤ ਵਧੀਆ ਕੰਮ ਕਰਵਾਉਂਦੇ ਆ, ਸੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹਾਂਜੀ ਆਪੇ ਕਰਵਾ ਲੈਂਦੇ ਆ, ਤੇ ਬਾਈ ਆਰ ਕੇ ਡਾਇਰੈਕਟਰ ਰਾਈਟਰ ਜਦੋਂ ਲਿਖਿਆ ਹੋਵੇ ਉਹ ਆਪੇ ਹੋ ਜਾਂਦਾ, ਬਸ ਨੈਚੁਰਲੀ ਆ ਜਾਂਦਾ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਤਾਂ ਸਾਰੀ ਗੱਲ ਭਾਜੀ ਹੋਣਾ ਨੇ ਕਹਿ ਦਿੱਤੀ, ਮੈਂ ਤਾਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਉਹ ਸਮਾਜ ਦਾ ਸ਼ੀਸ਼ਾ ਹੁੰਦੇ ਨੇ, ਜਿੱਦਾਂ ਅਸੀਂ ਸ਼ੀਸ਼ੇ 'ਚ ਵੇਖ ਕੇ ਤਿਆਰ ਹੁੰਦੇ ਹਾਂ, ਇਹ ਫਿਲਮਾਂ ਜਿਹੜੀਆਂ ਨੇ ਸਮਾਜ ਦਾ ਸ਼ੀਸ਼ਾ ਆ, ਸਮਾਜ ਦੀਆਂ ਚੰਗੀਆਂ ਮਾੜੀਆਂ ਚੀਜ਼ਾਂ ਨੂੰ ਸੁਧਾਰਨ ਵਾਸਤੇ ਉਹ ਫਿਲਮਾਂ ਬਣਾਈਆਂ ਜਾਂਦੀਆਂ। ਸੋ ਮੈਨੂੰ ਲੱਗਦਾ ਤੁਸੀਂ ਫਿਲਮ ਵੇਖਣ ਜਦੋਂ ਆਓਗੇ ਤੁਹਾਨੂੰ ਹਰ ਸੀਨ ਦੇ ਵਿੱਚ ਆਪਣੇ ਆਲੇ ਦੁਆਲੇ ਦਾ ਕੋਈ ਕਿਰਦਾਰ ਦਿਖੂਗਾ, ਆਪਣੇ ਆਲੇ ਦੁਆਲੇ ਦੀ ਚੰਗੀਆਂ ਮਾੜੀਆਂ ਚੀਜ਼ਾਂ ਤੁਹਾਨੂੰ ਦਿਖਣਗੀਆਂ, ਤੁਸੀਂ ਸੇਹ ਲੈ ਕੇ ਜਾਓਗੇ, ਸਿੱਖ ਕੇ ਜਾਓਗੇ। ਔਰ ਮੈਂ ਇੱਕ ਗੱਲ ਬੜੀ ਦਾਅਵੇ ਨਾਲ ਕਹਿਣੀ ਚਾਹੁੰਦਾ ਕਿ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਔਰਫਨੇਜ ਹੋਮਸ ਨੇ, ਬਿਰਧ ਆਸ਼ਰਮ ਨੇ, ਉਹ ਖਾਲੀ ਹੋਣਗੇ। ਜਿਨ੍ਹਾਂ ਨੇ ਆਪਣੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਹੁਣ ਤੱਕ ਸਮਝਿਆ ਹੀ ਨਹੀਂ, ਜਿਹਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਾ ਆ, ਮੈਨੂੰ ਲੱਗਦਾ ਉਹਦੇ ਲਈ ਇਹ ਫਿਲਮ ਵੇਖਣੀ ਬਹੁਤ ਜ਼ਰੂਰੀ ਆ। ਪਰਿਵਾਰ ਕੀ ਹੁੰਦਾ ਆ, ਪਿਓ ਪੁੱਤ ਦਾ ਰਿਲੇਸ਼ਨ ਕੀ ਹੁੰਦਾ ਆ, ਪਿਓ ਧੀ ਦਾ ਰਿਲੇਸ਼ਨ ਕੀ ਹੁੰਦਾ ਆ, ਹੈ ਨਾ, ਕਿੱਦਾਂ ਅਸੀਂ ਬਜ਼ੁਰਗਾਂ ਨੂੰ ਇਗਨੋਰ ਨਹੀਂ ਕਰਦੇ ਬਟ ਅਣਜਾਣ ਪੁਣੇ ਵਿੱਚ ਅਸੀਂ ਕਰ ਜਾਂਦੇ ਹਾਂ। ਸੋ ਮੈਨੂੰ ਲੱਗਦਾ ਵਾ ਕਿ ਕਹਿੰਦੇ ਨਾ ਕਾਦਰ ਦੀ ਕਲਮ ਚੱਲਦੀ ਤੇ ਇੱਕ ਤਸਵੀਰ ਬਣ ਜਾਂਦੀ, ਕੜੀ ਨਾਲ ਜੇ ਕੜੀ ਜੁੜ ਜੇ ਤੇ ਫਿਰ ਜੰਜੀਰ ਬਣ ਜਾਂਦੀ, ਇਹ ਉਸ ਜੰਜੀਰ ਦਾ ਹਿੱਸਾ ਆ। ਅਰਦਾਸ ਔਰ ਅਰਦਾਸ ਕਰਾਂ ਦਾ ਨਿਚੋੜ ਜੇ ਵੇਖੀਏ ਤੇ ਅਰਦਾਸ ਸਰਬੱਤ ਦੇ ਭਲੇ ਦੀ, ਸੋ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ, ਹੰਬਲ ਮੋਸ਼ਨ ਦੇ ਪਿੱਛੇ ਹਿੱਸੇ ਇਹ ਮਾਲਕ ਨੇ ਦਾਤ ਬਖਸ਼ੀ ਆ। ਸੋ ਇੱਦਾਂ ਹੀ ਚੜ੍ਹਦੀ ਕਲਾ 'ਚ ਰਹਿਣ ਔਰ ਫਿਲਮਾਂ ਬਣਾਉਂਦੇ ਰਹਿਣ, ਔਰ ਫਿਲਮ ਵੇਖਣ ਜ਼ਰੂਰ ਆਓ, ਫਿਲਮ ਵੇਖਣ ਜ਼ਰੂਰ ਆਓ, ਤੁਹਾਡੇ ਕਈ ਭਰਮ ਟੁੱਟਣਗੇ ਇਸ ਫਿਲਮ ਨੂੰ ਵੇਖ ਕੇ, ਸਾਡੀ ਇਹੋ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸਾਡੇ ਮਰਹੂਮ
ਕਵੀ ਸੁਰਜੀਤ ਪਾਤਰ ਦੀਆਂ ਲਾਈਨਾਂ ਜੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤਾਂ ਤੁਰਦਾ ਤਾਂ ਰਾਹ ਬਣ ਜਾਂਦੇ ਨੇ। ਸੋ ਸਾਡੇ ਲਈ ਇਹ ਸੰਭਲ ਮੋਸ਼ਨ ਨੇ ਇੱਕ ਰਾਹ ਬਣਾਏ ਨੇ ਇਹੋ ਜਿਹੇ ਜਿਹੜੀ ਇਹ ਅਰਦਾਸ ਵਰਗੀ ਸੀਰੀਜ਼ ਸਾਨੂੰ ਦਿੱਤੀ ਹੈ। ਪਹਿਲਾਂ 16 ਦੇ ਵਿੱਚ ਸਾਡੀ ਅਰਦਾਸ ਫਿਲਮ ਆਈ, ਫਿਰ ਅਰਦਾਸ ਕਰਾਂ 19 ਦੇ ਵਿੱਚ ਆਈ ਅਤੇ ਹੁਣ 5 ਸਾਲਾਂ ਬਾਅਦ 24 ਦੇ ਵਿੱਚ ਅਰਦਾਸ ਵੱਧਦੇ ਪਲ 'ਚ ਲੈ ਕੇ ਆਇਆ। ਜ਼ਿੰਦਗੀ ਦੀਆਂ ਮੋਰਲ ਵੈਲਿਊਜ਼ ਕੀ ਨੇ ਸਾਨੂੰ ਸਿਨੇਮਾ ਜਦੋਂ ਇਹ ਦਿਖਾਉਂਦਾ, ਮੈਂ ਸਮਝਦਾ ਕਿ ਸਿਨੇਮਾ ਸਾਡੇ ਬੱਚਿਆਂ ਲਈ ਬਣਦਾ, ਸਾਡੇ ਸਾਰਿਆਂ ਲਈ ਬਣਦਾ। ਸੋ ਇਹੋ ਜਿਹਾ ਸਿਨੇਮਾ ਨੂੰ ਵੈਲਕਮ ਹੋਣਾ ਚਾਹੀਦਾ ਜਿੱਥੇ ਅਸੀਂ ਹੋਰ ਸਾਰਾ ਕੁਝ ਦੇਖਦੇ ਹਾਂ। ਸੋ ਮੈਨੂੰ ਲੱਗਦਾ ਕਿ ਇਹ ਫਿਲਮ ਦੇਖ ਕੇ ਅਸੀਂ ਇਹ ਦੱਸਾਂਗੇ ਕਿ ਅਸੀਂ ਚੰਗੀਆਂ ਚੀਜ਼ਾਂ ਦੀ ਕਦਰ ਕਰਦੇ ਹਾਂ। ਸੋ ਪੰਜਾਬੀ ਲੋਕ ਆ ਸਾਰੇ ਆਪਣੀ ਵਿਰਾਸਤ ਦੀ ਕਦਰ ਕਰਦੇ ਨੇ, ਅਸੀਂ ਆਪਣੇ ਵਿਰਸੇ ਦੀ ਕਦਰ ਕਰਦੇ ਹਾਂ। ਮੈਂ ਸਿਰਫ ਇੱਕ ਮਿੰਟ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਅੱਜ ਮੈਂ ਅਤੇ ਸੋਹੀ ਸਾਹਿਬ ਬਠਿੰਡੇ ਤੋਂ ਅੱਗੇ ਇੱਕ ਕਾਲਜ ਵਿੱਚ ਗਏ ਹੋਏ ਸੀਗੇ, ਪਤਾ ਲੱਗਿਆ ਕਿ ਫਿਲਮ ਅੱਜ ਪ੍ਰੀਮੀਅਰ ਹੋਣਾ ਹੈ, ਤਾਂ ਉੱਥੇ ਦੋ ਕੁੜੀਆਂ ਨੇ ਇੱਕ ਗਿਫਟ ਸਾਨੂੰ ਕੱਢ ਕੇ ਦਿੱਤਾ, ਇਹ ਕੀਪੀ ਗੱਲ ਗਰੇਵਾਲ ਸਾਹਿਬ ਵਾਸਤੇ ਤੇ ਗੁਰਪ੍ਰੀਤ ਭੁੱਗੀ ਜੀ ਵਾਸਤੇ, ਆ ਪਿੱਛੇ ਨਾਂ ਲਿਖ ਕੇ ਭਾਜੀ ਹੋਣਾ ਨਾ ਆ ਸਾਡੇ ਹੱਥ ਭੇਜਿਆ, ਮੈਂ ਤੇ ਸੋਹੀ ਸਾਹਿਬ ਗਏ ਸੀ ਜੀ। ਔਰ ਅਸੀਂ ਮੀਡੀਆ ਦੇ ਮਾਰਫਤ ਇਹਨਾਂ ਬੱਚੀਆਂ ਦਾ ਇਹਨਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਬੇਟੀਆਂ ਨੇ ਅਰਦਾਸ ਦੇਖੋ ਹੱਥ ਨਾਲ ਕੱਢ ਕੇ ਭੇਜੀ ਹੈ ਸਾਨੂੰ। ਇਹ ਅੱਜ ਕੱਲ੍ਹ ਤਾਂ ਵੈਸੇ ਕੰਮ ਹੀ ਨਹੀਂ ਵੇਖਣ ਨੂੰ ਮਿਲਦਾ, ਫਿਰ ਇੰਨੀ ਮੁਹੱਬਤ ਇੰਨੀ ਸ਼ਿੱਦਤ। ਗੋਡ ਬਲੈਸ ਯੂ, ਚੜ੍ਹਦੀ ਕਲਾ ਚ ਰਹੋ ਬੱਚਿਓ, ਸ਼ਾਬਾਸ਼। ਮਨਪ੍ਰੀਤ ਤੇ ਰਵਿੰਦਰ ਕੌਰ ਦੋਨਾਂ ਕੁੜੀਆਂ ਨੇ ਸਾਰੀ ਰਾਤ ਲਾ ਕੇ ਕੱਢ ਕੇ ਸਾਨੂੰ ਭੇਜੀ ਹੈ ਜੀ, ਇਹ ਪਤਾ ਲੱਗਿਆ ਕਿ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।